ਲੋਕਾਂ ਨੂੰ 1 ਘੰਟਾ ਮੌਨ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਹਾਲਾਂਕਿ ਨੈਸ਼ਨਲ ਤੇ ਸਟੇਟ ਹਾਈਵੇ ਤੇ ਇਹ ਨਿਯਮ ਲਾਗੂ ਨਹੀਂ ਹੋਣਗੇ ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਤੇ ਵੀ ਕੋਈ ਪਾਬੰਦੀ ਨਹੀਂ ਹੈ ਪਰ ਬਾਕੀ ਜੋ ਲੋਕ 11 ਵਜੇ ਤੋਂ 12 ਵਜੇ ਤੱਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਣਗੇ ਤੁਹਾਨੂੰ ਰਸਤੇ ਵਿੱਚ ਰੋਕ ਲਿਆ ਜਾਵੇਗਾ ਤੇ ਇਹ ਹਰ ਸ਼ਨੀਵਾਰ 11 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ 1 ਘੰਟੇ ਦੇ ਲਈ ਆਵਾਜਾਈ ਤੇ ਰੋਕ ਰਿਹਾ ਕਰੇਗੀ ਇੱਕ ਸਾਲ ਜਿਹੜਾ ਪੂਰਾ ਹੋਇਆ ਇਸ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 649 ਲੋਕਾਂ ਨੇ ਕੋਵਿਡ-19 ਦੇ ਕਾਰਨ ਆਪਣੀ ਜਾਨਾਂ ਗਵਾਈਆਂ ਹਨ ਇਹਨਾਂ ਲੋਕਾਂ ਦੀ ਯਾਦ ਦੇ ਵਿੱਚ ਇਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਸ਼ਨੀਵਾਰ 27 ਮਾਰਚ ਤੋਂ ਸ਼ੁਰੂ ਕਰਕੇ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਇਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਆਵਾਜਾਈ ਹੈ ਉਹ ਰੋਕ ਕੇ ਰੱਖੀ ਜਾਊਗੀ ਅਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਲੋਕਾਂ ਨੂੰ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਇਹਨਾਂ 649 ਲੋਕਾਂ ਨੂੰ ਆਪਾਂ ਸ਼ਰਧਾਂਜਲੀ ਤੇ ਸਿੱਧਾ ਰੁਕ ਕਰਦੇ ਹਾਂ ਰੋਹਿਤ ਬੰਸਲ ਸਾਡੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਤਾਂ ਰੋਹਿਤ 11 ਵਜੇ ਤੋਂ 12 ਵਜੇ ਤੱਕ 1 ਘੰਟੇ ਦੇ ਲਈ ਵਾਹਨਾਂ ਤੇ ਬ੍ਰੇਕ ਫਿਲਹਾਲ ਕਿਸ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਜਾਵੇਗਾ ਪੰਜਾਬ ਪੁਲਿਸ ਦੇ ਵੱਲੋਂ ਇਸ ਨਿਯਮ ਨੂੰ ਕਿੰਨੇ ਕੁ ਜਾਗਰੂਕ ਲੱਗ ਰਹੇ ਨੇ ਲੋਕ ਜੀ ਬਿਲਕੁਲ ਅੰਮ੍ਰਿਤ ਜੇਕਰ ਗੱਲ ਕਰੀ ਜਾਵੇ ਤਾਂ ਕੱਲ੍ਹ ਵੀ ਪੂਰਾ ਦਿਨ ਹੈ ਜਿਹੜਾ ਭਾਰਤ ਬੰਦ ਰਿਹਾ ਔਰ ਲੱਗਦਾ ਕਿ ਅੱਜ ਦਾ ਜਿਹੜਾ 11 ਤੋਂ 12 ਦਾ ਉਹ ਬੰਦ ਹੋਏਗਾ ਜਾਂ ਨਹੀਂ ਹੋਏਗਾ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੋਏਗਾ ਕੁਝ ਇੱਥੇ ਵਿਅਕਤੀ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅੱਜ 11 ਤੋਂ ਲੈ ਕੇ 12 ਵਜੇ ਤੱਕ ਜਿਹੜਾ ਕਿਹਾ ਜਾ ਰਿਹਾ ਕਿ ਪੰਜਾਬ ਬੰਦ ਕੀਤਾ ਜਾਣਾ ਕੋਈ ਨੌਲੇਜ ਹੈ ਇਸ ਦੇ ਬਾਰੇ ਨਹੀਂ ਸਰ ਇਸ ਦੇ ਬਾਰੇ ਮੈਂ ਅਭੀ ਕੋਈ ਨੌਲੇਜ ਨਹੀਂ ਹੈ ਕੱਲ੍ਹ ਦੇ ਭਾਰਤ ਬੰਦ ਬਾਰੇ ਸੀ ਹਾਂ ਕੱਲ੍ਹ ਤੋਂ ਥੀ ਕੱਲ੍ਹ ਤੋਂ ਭਾਰਤ ਬੰਦ ਥਾ ਅੱਜ ਕਹਿ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ 11 ਤੋਂ ਲੈ ਕੇ 12 ਵਜੇ ਤੱਕ ਜਿਹੜਾ ਪੰਜਾਬ ਉਹ ਬੰਦ ਕੀਤਾ ਜਾਵੇ ਅੱਜ ਨਹੀਂ ਪਤਾ ਨਹੀਂ ਅਬ ਇਹ ਤਾਂ ਗਰੀਬ ਬੰਦੇ ਦੀ ਮਾਰ ਹੈ ਨਹੀਂ ਹੋ ਸਕਦਾ ਇਹ ਤਾਂ ਸੋ ਸਾਫ਼ ਤੌਰ ਤੇ ਕਹਿ ਰਹੇ ਕਿ ਜਿਹੜੀ ਉਹਨਾਂ ਨੂੰ ਇਸ ਦੇ ਬਾਰੇ ਨੌਲੇਜ ਨਹੀਂ ਹੈ ਕੁਝ ਹੋਰ ਵਿਅਕਤੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ 1 ਘੰਟਾ ਬੰਦ ਕਰਕੇ ਕਿਤੇ ਨਾ ਕਿਤੇ ਸ਼ਰਧਾਂਜਲੀ ਹੈ ਜਿਹੜੀ ਕੋਵਿਡ ਵਾਲੇ ਜਿਹੜੇ ਕੋਵਿਡ ਨਾਲ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਦਿੱਤੀ ਜਾਏਗੀ ਪਰ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਇਸ ਦੇ ਬਾਰੇ ਪਤਾ ਨਹੀਂ ਹੈ ਕੁਝ ਹੋਰ ਵਿਅਕਤੀ ਨੇ ਉਹਨਾਂ ਨਾਲ ਗੱਲ ਕਰਾਂਗੇ ਸੋ ਖਾਸ ਤੌਰ ਤੇ ਗੱਲ ਇਹ ਹੈ ਕਿ 11 ਤੋਂ 12 ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਸ਼ਨੀਵਾਰ ਜਿਹੜੀ ਅਪੀਲ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਜੀ 11 ਤੋਂ ਲੈ ਕੇ 12 ਵਜੇ ਤੱਕ ਹਰ ਸ਼ਨੀਵਾਰ ਹੈ ਜਿਹੜਾ 1 ਘੰਟੇ ਲਈ ਪੰਜਾਬ ਦੇ ਵਿੱਚ ਮਤਲਬ ਬੰਦ ਜਾਂ ਮੌਨ ਵਰਤ ਰੱਖਿਆ ਜਾਵੇ ਕੋਈ ਪਤਾ ਹੈ ਇਸ ਦੇ ਬਾਰੇ ਇਸ ਵਾਰ ਨਹੀਂ ਪਤਾ ਮਾਰੇ ਨਹੀਂ ਪਤਾ ਨਹੀਂ ਜੀ ਸੋ ਇਹਨਾਂ ਨੂੰ ਵੀ ਇਸ ਦੇ ਬਾਰੇ ਨੌਲੇਜ ਨਹੀਂ ਹੈ ਕੁਝ ਮੈਂ ਤੁਹਾਨੂੰ ਮਾਰਕੀਟ ਦੀ ਜਿਹੜੇ ਤਸਵੀਰਾਂ ਨੇ ਉਹ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਜਿਹੜੀ ਮਾਰਕੀਟ ਹੈ ਉਹ ਫਿਲਹਾਲ ਖੁੱਲੀ ਹੋਈ ਹੈ ਔਰ 11 ਤੋਂ ਲੈ ਕੇ 12 ਵਜੇ ਤੱਕ ਕਿਹਾ ਗਿਆ ਕਿ ਜਿਹੜੀ ਆਵਾਜਾਈ ਹੈ ਜਿਹੜੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ ਕੋਈ ਵੀ ਆਵਾਜਾਈ ਨਾ ਚਲਾਈ ਜਾਵੇ ਔਰ 1 ਘੰਟੇ ਲਈ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹ ਮੌਨ ਵਰਤ ਰੱਖਣ ਸੋ ਦੇਖਣਾ ਇਹ ਬੇਹੱਦ ਖਾਸ ਰਹਿਣ ਵਾਲਾ ਕਿ ਇਹ ਪਹਿਲੀ ਵਾਰ ਇੰਪਲੀਮੈਂਟ ਹੋਣ ਜਾ ਰਿਹਾ ਇੱਕ ਤਰੀਕੇ ਨਾਲ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਹੜਾ ਜਨਤਾ ਕਰਫਿਊ ਜਿਸ ਤਰ੍ਹਾਂ ਪਿਛਲੇ ਸਾਲ ਵੀ ਇੱਕ ਅਪੀਲ ਕੀਤੀ ਗਈ ਸੀ ਕਿ ਜਨਤਾ ਕਰਫਿਊ ਲਗਾਈ ਜਾਵੇ 1 ਘੰਟੇ ਦਾ ਜਿਹੜਾ ਇੱਕ ਇੱਕ ਦਿਨ ਦਾ ਜਿਹੜੀ ਜਨਤਾ ਆਪਣੇ ਲੈਵਲ ਤੇ ਇੱਕ ਦਿਨ ਲਈ ਹੋਲਡ ਰੱਖੇ ਤਾਂ ਉਸੇ ਤਰ੍ਹਾਂ ਦਾ ਕੁਝ ਅਸੀਂ ਕਹਿ ਸਕਦੇ ਹਾਂ ਕਿ 1 ਘੰਟੇ ਦਾ ਜਿਹੜਾ ਇਹ ਇੱਕ ਜਨਤਾ ਕਰਫਿਊ ਪੰਜਾਬ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਜਿੰਨੇ ਵੀ ਦੁਕਾਨਦਾਰ ਨੇ ਜਾਂ ਜਿਹੜੇ ਪਿੰਡਾਂ ਦੇ ਸਰਪੰਚ ਨੇ ਜਾਂ ਮਾਰਕੀਟ ਕਮੇਟੀਆਂ ਦੇ ਪ੍ਰਧਾਨ ਨੇ ਉਹਨਾਂ ਦੀ ਮਦਦ ਲਈ ਜਾਵੇ ਇਸ ਦੇ ਲਈ ਔਰ ਪੁਲਿਸ ਵੱਲੋਂ ਵੀ ਜਿਹੜੀਆਂ ਰੋਕਾਂ ਨੇ ਉਹ ਲਗਾਈਆਂ ਜਾਣ ਔਰ 1 ਘੰਟੇ ਲਈ ਪੰਜਾਬ ਦੇ ਵਿੱਚ ਜਿਹੜੀਆਂ ਤਮਾਮ ਮੋਟਰਸਾਈਕਲ ਨੇ ਗੱਡੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਔਰ ਕੋਈ ਵੀ ਆਵਾਜਾਈ ਨਾ ਚਲਾਈ ਜਾਵੇ ਸੋ ਹੁਣ ਤੋਂ ਕੁਝ ਦੇਰ ਬਾਅਦ 11 ਵਜੇ ਦੇਖਣਾ ਬੇਹੱਦ ਅਹਿਮ ਰਹੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਦਾ ਕਿੰਨਾ ਕੁ ਅਸਰ ਹੋਇਆ ਕਿੰਨੇ ਕੁ ਲੋਕਾਂ ਨੂੰ ਇਸ ਦੇ ਬਾਰੇ ਪਤਾ ਕਿਉਂਕਿ ਲੱਗ ਰਿਹਾ ਕਿ ਜ਼ਿਆਦਾ ਇੰਨਾ ਪ੍ਰਚਾਰ ਹੈ ਜਿਹੜਾ ਇਸ ਚੀਜ਼ ਦੇ ਬਾਰੇ ਨਹੀਂ ਹੋ ਪਾਇਆ ਕੁਝ ਹੋਰ ਵਿਅਕਤੀ ਨਾਲ ਗੱਲ ਕਰਾਂਗੇ ਸਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 11 ਤੋਂ ਲੈ ਕੇ 12 ਵਜੇ ਤੱਕ ਜਿਹੜਾ ਪੰਜਾਬ ਹੈਗਾ ਉਸ ਦੇ ਵਿੱਚ ਮੌਨ ਵਰਤ ਰੱਖਿਆ ਜਾਵੇ 1 ਘੰਟੇ ਲਈ ਆਵਾਜਾਈ ਬੰਦ ਕੀਤੀ ਜਾਵੇ ਕੋਈ ਪਤਾ ਇਸ ਦੇ ਬਾਰੇ ਨਹੀਂ ਸਰ ਨਹੀਂ ਨੌਲੇਜ ਨਹੀਂ ਸਰ ਸੋ ਜਿੰਨੇ ਵੀ ਵਿਅਕਤੀ ਮਿਲ ਰਹੇ ਆ ਜ਼ਿਆਦਾਤਰ ਹਰ ਬੰਦੇ ਦਾ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਇਸ ਦੇ ਬਾਰੇ ਨੌਲੇਜ ਨਹੀਂ ਹੈ ਜੀ ਅਮਰਿਤ ਬਿਲਕੁਲ ਰੋਹਿਤ ਇਸ ਲਈ ਸਵਾਲ ਇਹੀ ਸੀ ਕਿ ਨਿਯਮ ਬਣਾ ਦੇਣਾ ਤੇ ਉਸਨੂੰ ਗਰਾਊਂਡ ਤੇ ਇੰਪਲੀਮੈਂਟ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਕੱਲ੍ਹ ਵੀ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਪਰੇਸ਼ਾਨੀ ਹੋਈ ਸੀ ਅਤੇ ਇਸ ਵਾਰ ਕਿਉਂਕਿ ਹਜੇ ਪਹਿਲਾ ਹਫ਼ਤਾ ਹੈ ਹੌਲੀ ਹੌਲੀ ਅਗਲੇ ਸ਼ਨੀਵਾਰ ਤੱਕ ਜਾਂ ਉਸ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਜਾਣਕਾਰੀ ਹੋਣੀ ਸ਼ੁਰੂ ਹੋ ਜਾਵੇ ਪਰ ਅੱਜ ਲੱਗ ਰਿਹਾ ਹੈ ਕਿ 11 ਤੋਂ 12 ਵਜੇ ਤੱਕ ਵਿੱਚ ਕਾਫੀ ਕਨਫਿਊਜ਼ਨ ਜੋ ਹੈ ਰਹਿਣ ਵਾਲੀ ਹੈ ਲੋਕ ਕਾਫੀ ਪਰੇਸ਼ਾਨ ਵੀ ਹੁੰਦੇ ਨਜ਼ਰ ਆਉਣਗੇ ਫਿਲਹਾਲ ਸ਼ੁਕਰੀਆ ਰੋਹਿਤ ਇਸ ਤਮਾਮ ਜਾਣਕਾਰੀ ਦੇ ਲਈ ਤਾਂ ਤਕਰੀਬਨ ਤੁਸੀਂ ਦੇਖਿਆ ਕਿ ਜਿੰਨੇ ਵੀ ਲੋਕ ਮਿਲੇ ਨੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਤਾਂ ਦੱਸ ਦਈਏ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਕਿ 11 ਵਜੇ ਤੋਂ ਲੈ ਕੇ 12 ਵਜੇ ਤੱਕ ਹਰ ਸ਼ਨੀਵਾਰ ਆਵਾਜਾਈ ਤੇ ਰੋਕ ਰਿਹਾ ਕਰੇਗੀ
ਜਿਨ੍ਹਾਂ ਲੋਕਾਂ ਦੀ ਕੋਵਿਡ 19 ਦੌਰਾਨ ਮੌਤ ਹੋਈ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਰਕਾਰ ਨੇ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਇੱਕ ਘੰਟੇ ਦੇ ਲਈ ਮੌਨ ਰੱਖਣ ਦੀ ਜਿੱਥੇ ਅਪੀਲ ਕੀਤੀ ਹੈ ਉੱਥੇ ਆਵਾਜਾਈ ਤੇ ਵੀ ਇਸ ਦੌਰਾਨ ਰੋਕ ਰਿਹਾ ਕਰੇਗੀ।